ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਨੇ ਨਵੇਂ ਆਏ ਨੇ ਬੇਨਤੀ ਇਹ ਆ ਚੈਨਲ ਨੂੰ ਸਬਸਕ੍ਰਾਈਬ ਸਾਰੇ ਜਣੇ ਜਰੂਰ ਕਰਿਓ ਲਾਲ ਰੰਗ ਦਾ ਜਿਹੜਾ ਬਟਨ ਆ ਸਬਸਕ੍ਰਾਈਬ ਦਾ ਤੁਹਾਨੂੰ ਥੱਲੇ ਸ਼ੋ ਹੁੰਦਾ ਪਿਆ ਹੋ ਉਹਨੂੰ ਕਲਿੱਕ ਕਰਕੇ ਤੇ ਉਸ ਤੋਂ ਬਾਅਦ ਤੋਂ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਦੇ ਸਾਈਡ ਜਰੂਰ ਕਰਿਓ ਤਾਂ ਕਿ ਜਰੂ ਅਸੀਂ ਵੀਡੀਓ ਪਾਵਾਂਗੇ ਤਾਨੂੰ ਜਿਹੜਾ ਸਭ ਤੋਂ ਪਹਿਲਾਂ ਪਤਾ ਲੱਗ ਜੀ ਸਭ ਤੋਂ ਪਹਿਲਾ ਟਰੈਕਟਰ ਹੈ ਜਿਹੜਾ ਆ ਜਾਂਦਾ ਜੀ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ 2021 ਮਾਡਲ ਹੈ ਇਹ ਟਰੈਕਟਰ ਪੂਰਾ ਵਧੀਆ ਪਿਆ ਹੋਇਆ ਕੰਮ ਕੋਈ ਨਹੀਂ ਭਾਲਦਾਗਾ ਵਾਹ ਕੇ ਚਲਾ ਕੇ ਚੱਕਰ ਕੇ ਦੇਣ ਦੀ ਗਾਰੰਟੀ ਹੈ ਜੀ ਮਾਲਕ ਵੀਰੋਂ ਬਦੋਂ ਜਿਹੜੀ ਦਿੱਤੀ ਜਾ ਰਹੀ ਆ 300 ਘੰਟਾ ਜਿਹੜਾ ਚੱਲਿਆ ਹੋਇਆ ਜੀ ਤੇ 98 ਪੈਸੇ ਟਾਇਰ ਪਏ ਹੋਏ ਆ 95 ਪਹਿ ਟਾਇਰ ਪਏ ਹੋਏ ਆ ਮੋਗਾ ਏਰੀਆ ਜੀ ਜਿੱਥੇ ਟਰੈਕਟਰ ਖੜਾ ਹੋਇਆ ਕੀਮਤ ਹੈਗੀ 790000 ਰੁਪਿਆ ਬਾਕੀ ਮੌਕੇ ਦੇ ਉੱਤੇ ਘਟਵਾਤ ਕੀਤੀ ਜਾਊਗੀ ਰੇਟ ਦੇ ਵਿੱਚੋਂ ਲੈਸ ਹੋ ਜਾਊਗਾ ਮਾਲਕਾਂ ਨੇ ਨੰਬਰ ਵੀਡੀਓ ਦੇ ਵਿੱਚ ਨੇ ਸੁਗਰਾ ਟਰੈਕਟਰ ਹੈ ਜੀ 855 ਪੂਰਾ ਵਧੀਆ ਟਰੈਕਟਰ ਜਿਹੜਾ ਪਿਆ ਹੋਇਆ ਵਾ ਕੰਮ ਇਹ ਕੋਈ ਨਹੀਂ ਭਾਲਦਾ ਬਾਕੀ ਰੇਟ ਹੈ ਜਿਹੜਾ ਉਹਦੇ ਵਿੱਚੋਂ ਘਟ ਵੱਧ ਕਰ ਲੈਣਗੇ ਰੇਟ ਹੈ ਜਿਹੜਾ ਉਹਦੇ ਵਿੱਚੋਂ ਘਟ ਵੱਧ ਕਰ ਲੈਣਗੇ ਮੌਕੇ ਦੇ ਉੱਤੇ ਘਟ ਹੋ ਜਾਊਗਾ ਮਾਲਕਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਨੇ 70 ਪੈਸੇ ਟਾਇਰ ਪਏ ਹੋਏ ਹੈ ਜੀ ਪਾਵਰ ਸਟੀering ਦਾ ਟਰੈਕਟਰ ਬਾਕੀ ਫੇਵਰ ਹੌਟ ਲੱਗੀ ਹੋਈ ਆ ਉਹਦੀ ਪੁੱਛ ਲਿਓ ਵੀ ਨਾਲ ਮਿਲੂਗੀ ਕਿ ਨਹੀਂ ਤੇ ਜਿਹੜਾ ਟਰੈਕਟਰ ਦਾ ਰੇਟ ਆ ਉਹ ਹੈਗਾ 485000 ਰੁਪਿਆ ਬਾਕੀ ਰੇਡ ਦੇ ਵਿੱਚੋਂ ਆਂਦੀ ਸੀ ਥੋੜਾ ਬਹੁਤਾ ਹੋ ਜਾਊਗਾ ਬਰਨਾਲਾ ਏਰੀਆ ਵਾ ਜਿੱਥੇ ਟਰੈਕਟਰ ਖੜਾ ਹੋਇਆ ਇਸ ਟਾਈਮ ਬਰਨਾਲਾ ਏਰੀਆ ਜੀ ਜਿੱਥੇ ਟਰੈਕਟਰ ਖੜਾ ਹੋਇਆ ਵਾ ਮਾਲਕਾਂ ਦੇ ਨੰਬਰ ਨੇ ਜਿਹੜੇ ਔਰ ਥੱਲੇ ਦਿੱਤੇ ਜਾ ਰਹੇ ਨੇ ਤੇ ਅੱਗੇ ਆਂਦੀ ਏ ਜੀ ਕੰਬਾਈਨ ਆ ਜੀ ਕਰਤਾਰ ਕਰਤਾਰ 4000 ਕੰਬਾਈਨ ਆ ਜੀ ਵਿਕਾਊ 2012 ਮਾਡਲ 2012 ਮਾਡਲ ਹੈ ਜੀ ਕੰਬਾਈਨ ਬਾਕੀ ਵੀ ਵੇਖ ਸਕਦੇ ਹੋ ਚੰਗੀ ਹਾਲਤ ਦੇ ਵਿੱਚ ਪਈ ਹੋਈ ਆ 80 ਪਹਿ ਜਿਹੜੇ ਕੰਬਾਈਨ ਦੇ ਟਾਇਰ ਪਏ ਹੋਏ ਨੇ 80 ਪਹਿ ਕੰਬਾਈਨ ਦੇ ਜਿਹੜੇ ਟਾਇਰ ਪਏ ਹੋਏ ਨੇ ਤੇ ਰੇਟ ਆ ਜਿਹੜਾ ਕੰਬਾਈਨ ਦਾ ਉਹ ਫੋਨ ਤੇ ਦੱਸਿਆ ਜਾਵੇਗਾ ਕੰਬਾਈਨ ਦਾ ਰੇਟ ਆ ਜਿਹੜਾ ਫੋਨ ਤੇ ਦੱਸਿਆ ਜਾਵੇਗਾ ਸੋ ਜਿਨ੍ਹਾਂ ਨੇ ਕੰਪੇਨ ਲੈਣੀ ਹੋਵੇ ਬਾਈਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਰੇਟ ਦੇ ਬਾਰੇ ਤੇ ਉਹਨਾਂ ਨਾਲ ਕਨੈਕਟ ਕਰ ਸਕਦੇ ਹੋ ਤੁਹਾਨੂੰ ਜਿਹੜਾ ਫੋਨ ਦੇ ਉੱਪਰ ਦੱਸ ਦਿੱਤਾ ਜਾਵੇਗਾ ਕਿ ਕਿੰਨੇ ਦੀ ਨਹੀਂ ਤੁਹਾਨੂੰ ਕੰਪੇਨ ਇਹ ਦਿੱਤੀ ਜਾਵੇਗੀ ਐਚਐਮਟੀ 911 ਜੀ ਵਿਕਾਊ ਤੇ ਇਹ ਜਿਹੜਾ 911 ਮੇ 65 ਬਾਈ ਹੋਇਆ 65 ਬਾਈ ਹੋਇਆ ਹੋਇਆ ਤੇ ਟਰੇਡਰ ਪਿਆ ਹੋਇਆ ਪੂਰਾ ਵਧੀਆ ਤੇ ਮਾਡਲ ਹੈਗਾ ਦਾ 94 94 ਮਾਡਲ ਹੈ ਦਾ ਤੇ ਚੰਗੀ ਹਾਲਤ ਰੇ ਯਾਨੀ ਕਿ ਵਿੱਚ ਪਿਆ ਹੋਇਆ ਸਾਫ ਆ ਵਧੀਆ ਪਿਆ ਹੋਇਆ ਵਾ ਬਾਕੀ ਮਾਲਕਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਨੇ ਦਿੱਤੇ ਜਾ ਰਹੇ ਨੇ ਤੇ 94 ਮਾਡਲ ਦਾ ਰੇਟ ਹੈਗਾ ਜੀ 1,94,000 ਰੁਪਿਆ ਜਿਹੜਾ ਮਾਲਕ ਵੀਰਾਂ ਵੱਲੋਂ ਮੰਗਿਆ ਗਿਆ ਵਾ ਤੇ ਮਾਲਕਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਨੇ ਦਿੱਤੇ ਜਾ ਰਹੇ ਨੇ ਬਾਕੀ ਤੁਸੀਂ ਫੋਨ ਲਾ ਕੇ ਗੱਲਬਾਤ ਕਰ ਲਿਓ ਜਿੰਨਾਂ ਨੂੰ ਵਧੀਆ ਲੱਗਦੀ ਹੋਵੇ ਜਿਹੜੇ ਵੀਰ ਖਰੀਦਣਾ ਚਾਹੁੰਦੇ ਹੋ ਉਹ ਖਰੀਦ ਸਕਦੇ ਨੇ ਮਾਲਕਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਦਿੱਤੇ ਜਾ ਰਹੇ ਨੇ ਤੇ ਬਾਕੀ ਸਾਰੇ ਜਣੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰਿਓ ਔਰ ਵਾਲੀਆਂ ਹੋਰ ਵੀਡੀਓ ਵੇਖਣ ਦੇ ਲਈ ਤੇ ਅੱਗੇ ਆ ਜਾਂਦਾ ਜੀ ਟਰੈਕਟਰ ਆ ਜਿਹੜਾ 855 855 ਟਰੈਕਟਰ ਹੈਗਾ ਇਹ 2006 ਮਾਡਲ 2006 ਮਾਡਲ ਦਾ ਤੇ ਟਰੈਕਟਰ ਪਿਆ ਹੋਇਆ ਪੂਰਾ ਵਧੀਆ ਟਰੈਕਟਰ ਪੂਰਾ ਵਧੀਆ ਪਿਆ ਹੋਇਆ ਤੇ 3 ਸਪੀਡ ਜਿਹੜਾ ਕੀਤਾ ਹੋਇਆ 3 ਸਪੀਡ ਜਿਹੜਾ ਕੀਤਾ ਹੋਇਆ ਟਰੈਕਟਰ ਤੇ ਗਾਰੰਟੀ ਮਾਲਕ ਜੀ ਰੋਂ ਮਤਲਬ ਪੂਰੀ ਹੈ ਜੀ ਬਾਅ ਕੇ ਚਲਾ ਕੇ ਚੈੱਕ ਕਰਕੇ ਦੇਣਗੇ 2006 ਮਾਡਲ ਦਾ 3 ਸਪੀਡ ਆ ਤੇ ਟਾਇਰ ਪਏ ਹੋਏ ਆ ਅੱਧੇ ਯਾਨੀ ਕਿ 50% ਟਾਇਰ ਪਏ ਹੋਏ ਆ ਤੇ ਪੰਜਾਬ ਨੰਬਰ ਆ ਤੇ 3 ਲੱਖ ਰੁਪਈਆ ਇਹਦਾ ਰੇਟ ਮੰਗਦੇ ਪਏ ਆ। 3 ਲੱਖ ਰੁਪਈਆ ਇਹਦਾ ਰੇਟ ਮੰਗਦੇ ਪਏ ਆ। ਬਾਕੀ ਜਾਂਦੇ ਸੀ ਮੌਕੇ ਦੇ ਉੱਤੇ ਕਰ ਲਾਂਗੇ ਥੋੜਾ ਬਹੁਤਾ ਲੈਸ ਕੀਤਾ ਜਾਊਗਾ। ਬਾਕੀ ਤੁਸੀਂ ਮਾਲਕਾਂ ਨਾਲ ਗੱਲਬਾਤ ਕਰਕੇ ਇਹਦਾ ਸੌਦਾ ਜਿਹੜਾ ਕਰ ਸਕਦੇ ਹੋ। ਅੱਗੇ ਆ ਜਾਂਦਾ ਜੀ ਸੋਨਾ ਲੀਕਾ 60 ਟਰੈਕਟਰ ਪਿਆ ਹੋਇਆ ਪੂਰਾ ਵਧੀਆ। ਟਰੈਕਟਰ ਹੈਗਾ ਜੀ 2019 ਮਾਡਲ। ਸਾਫ਼ ਆ ਜੀ ਰੰਗ ਭੇਡ ਵਧੀਆ ਪਿਆ ਹੋਇਆ। ਕੰਮ ਕੋਈ ਨਹੀਂ ਭਾਲਦਾਗਾ ਮੌਕੇ ਦੇ ਉੱਤੇ ਵਾਹ ਕੇ ਚਲਾ ਕੇ ਚੈੱਕ ਕਰਕੇ ਦੇਣਗੇ ਗਾਰੰਟੀ ਮਾਲਕ ਵੀਰਾਂ ਵੱਲੋਂ ਪੂਰੀ ਆ ਗਾਰੰਟੀ ਮਾਲਕ ਵੀਰਾਂ ਵੱਲੋਂ ਪੂਰੀ ਦਿੱਤੀ ਜਾ ਰਹੀ ਆ 3 ਸਪੀਡ ਆ ਤੇ 75% ਜਿਹੜੇ ਟਾਇਰ ਪਏ ਹੋਏ ਆ 75% ਜਿਹੜੇ ਟਾਇਰ ਪਏ ਹੋਏ ਆ ਇਹ ਮੌਕੇ ਦੇ ਉੱਤੇ ਰੇਡ ਰੂਟ ਦੇ ਵਿੱਚੋਂ ਜਿਹੜਾ ਘਟਬੰਦ ਕੀਤਾ ਜਾਊਗਾ ਲੈਸ ਜਿਹੜਾ ਹੋ ਜਾਊਗਾ 630000 ਜਿਹੜਾ ਰੇਟ ਹੈ ਇਹਦਾ ਜਿਹੜਾ ਮੰਗਿਆ ਗਿਆ ਜੀ ਮਾਲਕੀਰੋਂ ਵੱਲੋਂ ਬਾਕੀ ਮੌਕੇ ਦੇ ਉੱਤੇ ਲੈਸ ਕੀਤਾ ਜਾਊਗਾ ਮਾਲਕਾਂ ਦੇ ਨੰਬਰ ਨੇ ਜਿਹੜੇ ਚੈਨਲ ਦੇ ਵੱਲੋਂ ਵੀਡੀਓ ਦੇ ਵਿੱਚ ਦਿੱਤੇ ਜਾ ਰਹੇ ਨੇ ਫੋਨ ਲਾ ਕੇ ਗੱਲਬਾਤ ਕਰ ਸਕਦੇ ਹੋ ਜਿੰਨਾਂ ਨੂੰ ਵਧੀਆ ਲੱਗਦਾ ਹੋਵੇ ਸੌਦਾ ਕਰ ਸਕਦੇ ਹੋ ਅੱਗੇ ਆ ਜਾਂਦਾ ਜੀ ਜੋਇੰਟਿਕ ਟਰੈਕਟਰ ਹੈ ਜੀ ਜੌਂਡਗਰ ਹੈਗਾ ਜੀ ਇਹ ਐਲਟੀ ਮਾਡਲ 5310 ਤੇ 2000 ਮਾਡਲ ਆ ਜਿਹੜਾ ਯੂ ਐਸ ਏ ਵਾਲਾ ਹੁੰਦਾ ਸੀਗਾ ਉਹੋ ਆ ਜੀ ਇਹ ਤੇ 2025 ਤੱਕ ਪਾਸਿੰਗ ਹੈ ਦੀ ਪਈ ਹੋਈ ਤੇ ਪੰਜਾਬ ਨੰਬਰ ਪੰਜਾਬ ਨੰਬਰ ਆ ਤੇ 75 ਪਹਿਰੇ ਟਾਇਰ ਪਏ ਹੋਏ ਆ ਇਹਦੇ 75 ਪਹਿਰੇ ਟਾਇਰ ਪਏ ਹੋਏ ਆ ਪਾਟੀਆਂ ਦੇ ਥੋੜਾ ਬਹੁਤਾ ਲੈਸ ਹੋ ਜਾਊਗਾ ਮੌਕੇ ਦੇ ਉੱਪਰ ਜੇਰਾ ਕਰ ਲੈਣਗੇ ਤੇ ਰੇਟ ਤੁਹਾਨੂੰ ਜਿਹੜਾ ਫੋਨ ਤੇ ਦੱਸਿਆ ਜਾਵੇਗਾ ਇਹਦਾ ਮਾਲਕਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਜਿਹੜੇ ਦਿੱਤੇ ਜਾ ਰਹੇ ਨੇ ਫੋਨ ਲਾ ਕੇ ਤੁਸੀਂ ਸੌਦਾ ਜਿਹੜਾ ਕਰ ਸਕਦੇ ਹੋ ਕਾਲੇ ਢੱਡਾ ਵਾਲਾ ਜੀ ਕਾਲੇ ਢੱਡਾ ਵਾਲੇ ਦਾ ਵੀ ਨਾਂ ਦੇ ਨਾਲ ਵੀ ਕਾਫੀ ਮਸ਼ਹੂਰ ਰਹਿੰਦੇ ਆ ਇਹ ਬਾਕੀ ਟਰੈਕਟਰ ਨੂੰ ਸਾਫ਼ ਪਿਆ ਹੋਇਆ ਚੰਗਾ ਵਾ ਤੇ ਕੰਮ ਕਰ ਵੀ ਯਾਨੀ ਕਿ ਕੋਈ ਨਹੀਂ ਭਾਲਦਾਗਾ ਅੱਗੇ ਆ ਜਾਂਦਾ ਜੀ 11 ਫੁੱਟ ਦੀ ਟਰਾਲੀ ਹੈ ਜੀ ਤੇ 3 ਫੁੱਟ ਚਾ ਵੈਡਾ ਪੂਰੀ ਅਣੀ ਕੀ ਵਧੀਆ ਟਰਾਲੀ ਜਿਹੜੀ ਪਈ ਹੋਈ ਆ ਤੇ 21 ਕੁਆਂਟਲ ਵੇਟ ਲੈ ਕੇ ਆਪਾਂ ਨੂੰ ਆਇਆ ਹੋਇਆ ਵੀ 21 ਕੁਆਂਟਲ ਵੇਟ ਹੈ ਇਹਦਾ ਤੇ ਜਾਜੀ ਫਰਸ਼ کہہ ਰਹੇ ਆ ਬਾਕੀ ਜੱਕ ਜੁੱਕ ਲੱਗਾ ਹੋਇਆ ਵਾ ਤੇ ਰੇਟ ਹੈਗਾ ਜੀ ਦਾ 1,80,000 ਰੁਪਈਆ ਤੇ ਨਿਊ ਹੀ ਆ ਤੇ ਟੂ ਰੂ ਪਏ ਹੋਏ ਵਧੀਆ ਬਾਕੀ ਤੁਸੀਂ ਵੇਖ ਸਕਦੇ ਹੋ ਹਾਲਤ ਦੀ ਵਧੀਆ ਪਈ ਆ ਮਾਲਕਾਂ ਦੇ ਨੰਬਰ ਨੇ ਜਿਹੜੇ ਵੀਡੀਓ ਦੇ ਵਿੱਚ ਨੇ ਫੋਨ ਲਾ ਕੇ ਜਿਨ੍ਹਾਂ ਨੇ ਸੌਦਾ ਕਰਨਾ ਹੋਵੇ ਸੌਦਾ ਜਿਹੜਾ ਤੁਸੀਂ ਕਰ ਸਕਦੇ ਹੋ ਇਹਦਾ ਹਾਲਤ ਦੀ ਯਾਨੀ ਕਿ ਪੂਰੀ ਵਧੀਆ ਜਿਹੜੀ ਪਈ ਹੋਈ ਆ ਅੱਗੇ ਆ ਜਾਂਦਾ ਜੀ ਜੌਂਡੀਅਰ 53 ਦਾਸ ਇਹ ਹੈਗਾ ਜੀ 11 ਮਾਡਲ 11 ਮਾਡਲ ਆ ਜੀ ਮਾਈਕੋ ਪੰਪ ਵਾਲਾ ਮਾਈਕੋ ਪੰਪਲਾ ਜੀ 65 ਤੋਂ 70 ਪੈ ਹੈ ਟਾਇਰ ਪਏ ਹੋਏ ਆ ਨਾਲ ਦੇ ਹੀ ਆ ਜੀ ਨਾਲ ਦੇ ਟਾਇਰ ਆ 65 ਤੋਂ 70 ਪੈ ਹੈੜ ਪਏ ਹੋਏ ਆ ਤੇ ਰੇਟ ਹੈਗਾ ਜੀ ਇਹਦਾ ਜਿਹੜਾ ਲੈ ਕੇ ਆਇਆ ਹੋਇਆ ਸੀਗਾ ਆਪਾਂ ਨੂੰ 5.5 ਲੱਖ ਰੁਪਈਆ ਠੀਕ ਹੈ ਜੀ ਬਾਕੀ ਮਾਲਕਾਂ ਦੇ ਨਾਲ ਹੀ ਬਾਈ ਜੀ ਗੱਲਬਾਤ ਕਰ ਲਿਓ ਜੋ ਵੀ ਰੇਟ ਰੂਟ ਦੇ ਬਾਰੇ ਆ ਜਿੰਨਾ ਆਪਾਂ ਲੈ ਕੇ ਆਇਆ ਸੀ ਆਪਾਂ ਦੱਸ ਦਿੰਨੇ ਆ ਤੇ ਬਾਕੀ ਜੌਨਲੀਅਰ ਜਿਹੜਾ ਥੋੜਾ ਮਹਿੰਗਾ ਹੀ ਹੁੰਦਾ ਵਾ ਬਾਕੀ ਤੁਸੀਂ ਬਾਈਆਂ ਦੇ ਨਾਲ ਜਿਹੜੀ ਗੱਲਬਾਤ ਕਰ ਲਿਓ ਬਾਕੀ ਅੱਗੇ ਵੀਡੀਓ ਦੇ ਵਿੱਚ ਜਿਹੜਾ ਟਰੈਕਟਰ ਆ ਜਾਂਦਾ ਜੀ ਟੂੜੀ ਵਾਲਾ ਰੀਪਰ ਆ ਜੀ ਵਕਾਉ ਕੀਤਾ ਗਿਆ ਮਾਲਕ ਵੀ ਰੋਂ ਵੱਲੋਂ ਵਧੀਆ ਰੀਪਰ ਯਾਨੀ ਕਿ ਪਿਆ ਹੋਇਆ ਰਜਿੰਦਰਾ ਕੰਪਨੀ ਦਾ 2015 ਮਾਡਲ ਹੈ ਜੀ ਰੀਪਰ ਇਹ ਤੇ ਪੂਰਾ ਯਾਨੀ ਕਿ ਵਧੀਆ ਪਿਆ ਹੋਇਆ ਵਾ ਤੇ ਸੰਗਰੂਰ ਇਸ ਟਾਈਮ ਖੜਾ ਹੋਇਆ ਜੀ ਸੰਗਰੂਰ ਏਰੀਆ ਵਿੱਚ ਖੜਾ ਹੋਇਆ ਵਾ 1,30,000 ਰੁਪਿਆ ਯਾਨੀ ਕਿ 15 ਮਾਡਲ ਦਾ ਜਿਹੜਾ ਰੇਟ ਮੰਗਦੇ ਪਏ ਆ 1,30,000 ਰੁਪਿਆ 15 ਮਾਡਲ ਦਾ ਜਿਹੜਾ ਰੇਟ ਮੰਗਦੇ ਪਏ ਆ ਜੀ ਬਾਕੀ ਘੱਟ ਜਿਹੜਾ ਮੌਕੇ ਦੇ ਉੱਪਰ ਹੋ ਜਾਊਗਾ ਲੈਸ ਜਿਹੜਾ ਕੀਤਾ ਜਾਊਗਾ ਮਾਲਕਾਂ ਦੇ ਨੰਬਰ ਆ ਜਿਹੜੇ ਵੀਡੀਓ ਦੇ ਵਿੱਚ ਦਿੱਤੇ ਜਾ ਰਹੇ ਨੇ ਫੋਨ ਲਾ ਕੇ ਜਿਹੜਾ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਸੌਦਾ ਜਿੰਨਾ ਨੇ ਕਰਨਾ ਹੋਵੇ ਤੁਸੀਂ ਸੌਦਾ ਜਿਹੜਾ ਕਰ ਸਕਦੇ ਹੋ ਰੀਪਰ ਦਾ ਬਾਕੀ ਬਹੁਤ ਬਹੁਤ ਧੰਨਵਾਦ ਵੀਡੀਓ ਆਖਰ ਤੱਕ ਵੇਖਣ ਲਈ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ